ਲੋ ਬਈ ਨਾਜ਼ਰੀਨ ਅੱਜ ਦੀ ਇਸ ਰੇਸ ਦੇ ਵਿੱਚ ਵਿਨਰ ਨੂੰ ਮਿਲੇਗਾ 16 ਬੈਂਡ ਵਾਲਾ ਐਫਐਮ ਰੇਡੀਓ ਜਿਹਦੀ ਕੀਮਤ ਹੈ 165 ਰੁਪਏ। ਹੈਲੋ, ਮੈਂ ਨਸੀ ਵੀ ਰੇਸ ਦੇ ਵਿੱਚ ਹਿੱਸਾ ਲੈਣਾ। 20 ਮਿੰਟ ਹੋ ਗਏ ਰੇਸ ਸ਼ੁਰੂ ਹੋਈ ਨੂੰ, ਜਿਹੜੇ ਇੱਥੇ ਐਂਡ ਤੇ ਪਹੁੰਚੇ ਨਾ ਉਹਨਾਂ ਨੇ ਰੇਸ 'ਚ ਵੀ ਸਭ ਤੋਂ ਪਿੱਛੇ ਹੀ ਰਹਿਣਾ। ਯਾਰ ਤੂੰ ਭੇਜ ਦੇ, ਤੈਨੂੰ ਕੀ ਹੈ, ਇਹ ਜਿੰਨੇ ਵੀ ਰੇਸਾਂ ਲਾ ਰਹੇ ਨੇ ਭਾਏ ਨੇ ਬੱਚੇ ਨੇ ਆਪਣੇ, ਨਾਲੇ ਮੈਂ ਕਿਹੜਾ ਨਵੀਂ ਰੇਸ ਲਾਉਣੀ ਯਾਰ। 1965 ਦੀ ਜਿੱਤੀ, 80 ਦੀ ਜਿੱਤੀ, 90 ਦੀ ਵੀ ਜਿੱਤੀ। जिथे को काम हो अम्मी का फोन करा देना। जे तुम बहुत ही जिद कर दे जे ते मैं तुहाडे चो सिर्फ एक बंदे नूं भेज सकदा, देख लो किन्ने जाणे। नहीं क्या? हां ठीक है, मैं जाऊंगा। ओके चलो गड्डी च बह जा। भाई एक मिनट ठहरी, जरा जेब चो मोबाइल कट के मेनू फड़ा दे, जे एक्सीडेंट हो गया ते गवाच ही ना जावे किते। ओए को खैर दी दुआ कर यार। ओ बंदे दा कोई पता लगदा? लगदा। तेरे दराज दी चाबी किथे पई है? ओ की करनी है? चाहिदी है। तेनू की लगदा के मैं जिंदा वापस नहीं आउणा? आउणा वा, जे सेनी दरवाजा नहीं हिल गया होया ते फेर लै होर किन्ना की लणा वा। हां किसे लई कोई पैगाम की? मैं के नहीं हो सकदा, ओ भजा दे हुण। तू बहुत चंगा हुंदा सी, मैं तेनू कदी नहीं भूल सकदा। जा दफा हो। अल्लाह तेनू जन्नत च जगह देवे। रख दी लानत। ओए ओके पजा दे। जे डर लग रहा तो वापस बुला लवा, रेसा दे चक्कर च ना पई, बस शौक पूरा कर। मैं पागल हां, हवावां कट लगदी है मैनू इहदे च। ओ गड्डी जिगरे ना नसदी आ, हवावां ना नहीं। तेरे अर्गे होंदे जिहड़े पहले बंदे नूं गर्मी दवा दिंदे ते बाद च सब तों पहले 1122 ते फोन वी आप ही करदे आ। रहण दे तूं भाई, असीं पिछे ही चंगे आ। ਨਾਜ਼ਰੀਨ ਐ ਉਹ ਭਾਈ ਨੇ ਜਿਹੜੇ ਆਖਰ ਤੇ ਆਉਣ ਵਾਲੀ ਗੱਡੀ ਤੋਂ ਵੀ 100 ਮੀਟਰ ਪਿੱਛੇ ਸੀ। ਆਓ ਹੁਣ ਇਹਨਾਂ ਕੋਲੋਂ ਇੰਨੀ ਸੁਸਤ ਰਫਤਾਰੀ ਦਾ ਰਾਜ਼ ਪੁੱਛਦੇ ਹਾਂ। ਹੈਲੋ ਹੈਲੋ, ਮਾਈਕ ਟੈਸਟਿੰਗ, ਮੇਰੀ ਆਵਾਜ਼ ਆ ਰਹੀ? ਥੋੜਾ ਕੁਚੀ ਗੱਲ ਕਰੋ ਜਨਾਬ, ਥੋੜਾ ਕੁਚੀ। ਹਾਂ ਇੰਨਾ ਕੁ ਬਹੁਤ। ਮੈਨੂੰ ਲੱਗਦਾ ਏ ਹਾਲੇ ਤੱਕ ਫੀਡਰ ਵੀ ਪੀਂਦਾ ਹੋਣਾ। ਤੈਨੂੰ ਫਿਕਰ ਪੈ ਗਈ ਹੋਣੀ ਵੀ ਕਿਤੇ ਤੁਹਾਡਾ ਨਾ ਖੋ ਕੇ ਪੀ ਜਵੇ। ਜਾਵਾਂ ਮੈਂ ਹੁਣ? ਸਾਨੂੰ ਤਾਂ ਕੁਛ ਦੱਸ ਦੇ, ਇਹਨੂੰ ਰੇਸ ਦੇ ਵਿੱਚ ਵੜਨ ਕਿੰਨੇ ਦਿੱਤਾ? ਲੱਗਦਾ ਨੀ ਚੌਥੀ ਦਾ ਤਾਲੇ ਵੀ ਲੈ ਚਾਚੇ ਕੋਲੋਂ ਝਿੜਕਾ ਖਾਣ ਦਿਆ। ਪਹਿਲੇ ਮੇਰਾ ਜ਼ਹਿਰ ਬਣਿਆ, ਮੈਂ ਉੱਤੋਂ ਦੀ ਲੰਘ ਜਾਵਾਂ ਤੇ ਮਾਇਕ ਦੇਖ ਲੋ ਚੱਲਦਾ ਹੀ ਪਿਆ ਨਾ। ਯਾਰ ਨਾ ਵੀ ਚੱਲਦਾ ਹੋਵੇ ਤਾਂ ਤੂੰ ਗੱਲ ਕਰੀ ਜਾ ਬਸ। ਮੇਰੀ ਅੰਮੀ ਨੇ ਕਿਹਾ ਸੀ ਪੁੱਤਰ ਗੱਡੀ ਤੇਜ਼ ਨਹੀਂ ਚਲਾਉਣੀ, ਇਸ ਕਰਕੇ ਤੈਨੂੰ ਥੱਲੇ ਕਰ ਲਾ, ਆਪਣੀ ਅੱਖ ਚ ਨਾ ਮਾਰ ਲਈ। ਮੈਂ ਕੀ ਕਹਿਣ ਰਿਹਾ ਸੀ ਭਲਾ? ਅੰਮੀ ਦੀ ਕੋਈ ਗੱਲ ਦੱਸ ਰਿਹਾ ਸੀ। ਉਹ ਕੀ? ਇਹੀ ਕਿ ਅੰਮੀ ਨੇ ਕਿਹਾ ਕਿ ਤੂੰ ਹੈ ਹੀ ਹਰਾਮ ਦਾ। ਹੈਲੋ ਹੈਲੋ ਮਾਈਕ ਟੈਸਟਿੰਗ, ਹੈਲੋ ਹੈਲੋ। ਉਹ ਭਾਈ ਇੱਥੋਂ ਫੜ ਇੱਥੋਂ। ਉਹ ਯਾਰਾ ਕੀ ਹੈ ਯਾਰ, ਛੱਡ ਛੱਡ ਦੇ ਤੂੰ। ਨਾਜ਼ਰੀਨ ਅੱਗੋਂ ਤੁਸੀਂ ਆਪ ਹੀ ਹਿਸਾਬ ਲਾ ਲਿਓ ਉਹਨੇ ਕੀ ਕਹਿਣਾ ਹੋਣਾ। ਅੱਲਾਹ ਹਾਫਿਜ਼।